ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਾਈ ਤੇ ਉਮੀਦ ਕਰਦੇ ਆਂ ਵੀ ਸਾਰੇ ਤੁਸੀਂ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਇੱਕ ਨਾ ਵਿਸ਼ਾ ਯਾਰ ਜਿਹਦੇ ਜਿਹਦੇ ਉੱਤੇ ਤੁਹਾਡੇ ਸਾਰਿਆਂ ਨਾਲ ਗੱਲ ਕਰਨੀ ਸੀ ਨਾ ਕਈਆਂ ਨੂੰ ਲੱਗਦਾ ਹੋਊਗਾ ਗੰਭੀਰ ਮੁੱਦਾ ਨਹੀਂ ਹੈਗਾ ਜਿਨ੍ਹਾਂ ਨੇ ਵੇਖਿਆ ਆਪਦੇ ਅੱਖੀ ਹਣਾ ਉਹਨਾਂ ਨੂੰ ਮਤਲਬ ਕਿ ਇਹ ਬਹੁਤ ਜ਼ਿਆਦਾ ਗੰਭੀਰ ਲੱਗਦਾ ਹੋਊਗਾ ਮੁੱਦਾ ਹਨਾ ਸੋ ਪ੍ਰਸ਼ਾਸਨ ਦੇ ਵਿੱਚ ਬਾਈ ਹੈਗਾ ਸੁੱਤਾ ਜਿਹੜੀ ਗੱਲ ਤੁਹਾਨੂੰ ਦੱਸਣ ਲੱਗਿਆ ਨਾ ਵੀਡੀਓ ਪਹਿਲਾਂ ਤੁਹਾਨੂੰ ਕਹਿੰਨੇ ਵੀ ਬਾਈ ਬਣੇ ਰਿਕੁਐਸਟ ਆ ਹੱਥ ਜੋੜ ਕੇ ਸਾਰਿਆਂ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਵਾਦ ਤੋਂ ਵਾਦ ਆ ਜੋ ਪ੍ਰਸ਼ਾਸਨ ਤੱਕ ਹਨ ਇਹ ਪਹੁੰਚ ਸਕੇ ਤੇ ਆਪਾਂ ਗੱਲ ਕਰਨੀਆਂ ਤੁਹਾਨੂੰ ਤੁਹਾਨੂੰ ਨਾਲਾ ਵੀਡੀਓ ਦੇ ਵਿੱਚ ਤੁਸੀਂ ਥੱਲੇ ਦੇਖ ਵੀ ਰਹੇ ਹੋਵੋਗੇ ਸੈਟ ਦੇ ਤੇ ਜਿਹੜੇ ਯਾਰ ਪਰਾਲੀ ਦੀ ਨਹੀਂ ਜਾਂਦੀਆਂ ਟਰਾਲੇ ਪਰਾਲੀ ਦੇ ਜਾਂਦੇ ਹਨਾ ਗੰਢਾ ਬੰਨ ਬੰਨ ਕੇ ਲੈ ਕੇ ਜਾਂਦੇ ਆ ਪਿੱਛੇ ਹੁੰਦੀਆਂ ਬੇਲਰ ਵਾਲੇ ਗੰਢਾ ਹੁੰਦੇ ਜਿਹੜਾ ਪਰਾਲੀ ਚ ਰੱਖਿਆ ਹੁੰਦੀਆਂ ਉਹ ਟਰਾਲਿਆਂ ਦੇ ਤੁਸੀਂ ਵੇਖੀ ਆ ਬਈ ਲੈਂਥ ਕਿੱਡੀ ਆ ਹਨਾ ਆ ਤੁਸੀਂ ਵਿੱਚ ਉਹ ਜਿਹੜਾ ਐਕਸੀਡੈਂਟ ਹੋਇਆ ਹੋਇਆ ਹੈ ਹਨਾ ਅੱਜ ਕਿਸ ਦਾ ਤੁਸੀਂ ਦੇਖ ਸਕਦੇ ਹੋਵੋਗੇ ਨਾਲ ਵੀਡੀਓ ਆਪਾਂ ਚੱਲੀ ਜਾਂਦੀ ਆ ਤੇ ਇਹ ਯਾਰ ਮੈਂ ਵੇਖਿਆ ਹੋਇਆ ਸੀਗਾ ਇਹ ਜਿਹੜਾ ਤੁਹਾਨੂੰ ਦੱਸਦਾ ਜਿਹੜਾ ਹੋਇਆ ਸੀ ਭਲੇ ਇਹ ਐਕਸੀਡੈਂਟ ਦੇ ਉੱਤੇ ਗੱਲ ਹਨਾ ਇਹ ਹੋਇਆ ਸੀਗਾ ਬਾਘੇ ਪੁਰਾਣੇ ਮੋਗਾ ਰੋਡ ਤੇ ਤੇ ਗਲਤੀ ਇਹ ਚ ਕੀ ਦੀ ਸੀ ਬੰਦੇ ਦੀ ਉਹ ਟਰਾਲੀ ਵਾਲੇ ਦੀ ਹੋਈ ਸੀ ਕਿਉਂਕਿ ਜਿਹੜਾ ਆਲਟੋ ਵਾਲਾ ਬੰਦਾ ਸੀ ਨਾ 200 ਮੀਟਰ ਪਿੱਛੋਂ ਸਰ ਰੋਡ ਤੇ ਚੜਿਆ ਸੀਗਾ ਤੇ ਰਾਤ ਨੂੰ 10 10:30 ਵਜੇ ਦਾ ਟਾਈਮ ਸੀਗਾ ਸ਼ਾਇਦ ਤੇ ਇਹ ਤੁਹਾਨੂੰ ਪਤਾ ਯਾਰ ਜਦੋਂ ਜੀ ਕਰਦਾ ਜਿੱਥੇ ਜੀ ਕਰਦਾ ਬ੍ਰੇਕ ਮਾਰ ਕੇ ਰੋਕ ਲੈਂਦੇ ਆ ਤੇ ਘੱਟੋ ਘੱਟ ਹਨਾ ਇਹ ਰੋਡ ਦੇ ਅੱਧ ਤੱਕ ਇਹਨਾਂ ਟਰਾਲਾ ਆਉਂਦਾ ਇਹ ਮਾਦੇ ਪੁੱਤ ਨੇ ਤੁਸੀਂ ਵੇਖ ਸਕਦੇ ਹੋ ਟਰਾਲੇ ਟਾਇਰ ਤੋਂ ਹਣਾ ਇੱਕ ਟਾਇਰ ਵੀ ਮਾਦੇ ਪੁੱਤ ਨੇ ਥੱਲੇ ਨਹੀਂ ਲਾਇਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਹੜਾ ਪਿੱਛੇ ਦੇਖਣ ਵਾਲਾ ਹੁੰਦਾ ਲਾਈਟਾਂ ਬੈਕ ਲਾਈਟ ਆਉਂਦੀਆਂ ਜਿਹੜੀਆਂ ਹੁੰਦੀਆਂ ਉਹ ਤਾਂ ਲੱਗੀਆਂ ਹੀ ਨਹੀਂ ਹੁੰਦੀਆਂ ਕਿਸੇ ਦੇ ਤੁਸੀਂ ਨੋਟ ਕਰਕੇ ਵੇਖਿਆ ਰੋਡ ਤੇ ਜਾਂਦੇ ਤੇ ਤੁਹਾਨੂੰ ਕਿਸੇ ਪਰਾਲੀ ਵਾਲੇ ਟਰਾਲੇ ਦੇ ਜਿਹੜੇ ਗੰਢਾ ਰੱਖੇ ਹੁੰਦੀਆਂ ਮਗਰ ਲਾਈਟ ਲੱਗੀ ਤੇ ਸਿਰਫ ਰਿਫਲੈਕਟਰ ਲਾਇਆ ਹੁੰਦਾ ਸਿਰਫ ਇੰਨੇ ਸਨ ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜਾ ਡੇਡ ਡੇਡ ਫੁੱਟ ਸਾਈਡਾਂ ਦੇ ਥਾਂ ਪਜਦਾ ਹੁੰਦਾ ਉਹਦੇ ਥੱਲੇ ਐਸ ਲੋਟ ਨਾ ਪੱਤੀਆਂ ਲੱਗੀਆਂ ਹੁੰਦੀਆਂ ਉਹ ਵਿੱਚ ਤਨਗਲਗ ਦਿਖਾ ਦੂੰਗਾ ਤੁਹਾਨੂੰ ਜਿਹੜੀਆਂ ਪਤੰਗਾਂ ਲੱਗੀਆਂ ਹੋਈਆਂ ਤੇ ਰਾਤ ਨੂੰ ਪ੍ਰਾਲੀ ਦਾ ਰੰਗ ਹੀ ਇੱਕ ਤਾਂ ਹੋ ਜਾਂਦਾ ਜਿਹੜੀ ਦਿਸਦੀ ਜਮਾ ਨਹੀਂ ਹੈਗੀ ਪਰ ਪ੍ਰਾਲੀ ਉਹ ਉਦੋਂ ਬਾਅਦ ਰਾਏ ਪਤੰਦਰ ਵਿਚਾਲੇ ਰਹਿੰਦੇ ਆ ਤੇ ਜਦੋਂ ਜਦੋਂ ਦੂਰੋਂ ਲਾਈਟ ਪੈਂਦੀ ਆ ਸਰਵਰ ਰਿਫਲੈਕਟਰ ਤੇ ਪੈਂਦੀ ਆ ਜਿੰਨੇ ਸੰ ਚੋਰ ਰਿਫਲੈਕਟਰ ਲੱਗਿਆ ਹੋਇਆ ਤੇ ਇਹ ਚ ਤਾਂ ਸੁਭਾਵਕ ਗੱਲ ਹੀ ਆ ਕਿ ਐਕਸੀਡੈਂਟ ਹੋ ਹੀ ਜਾਂਦਾ ਹੁੰਦਾ ਹਨਾ ਹੋਊਗਾ ਹੀ ਹੋਊਗਾ ਜਿਹੜੀ ਚੀਜ਼ ਦੀ ਮੂਰ ਜਜਮੈਂਟ ਹੀ ਨਹੀਂ ਹੋਈ ਵੀ ਖੜੀ ਆ ਤੁਰ ਹੀ ਜਾਂਦੀ ਆ ਵੀ ਕਿੰਨੇ ਥਾਂ ਦੇ ਵਿੱਚ ਹੈਗੀ ਆ ਇਹ ਤੇ ਸਾਰੇ ਨੂੰ ਬੇਨਤੀ ਆ ਹਨਾ ਜਿਹੜੇ ਵੀਰ ਆਪਣੇ ਜਿਵੇਂ ਦਾਰ ਵੀ ਸੁਣੀ ਜਾਂਦੇ ਆ ਹਨਾ ਤੇ ਜਿਹੜੇ ਬੰਦੇ ਪਰਾਲੀ ਨੂੰ ਅੱਗ ਨਹੀਂ ਲਾਉਂਦੇ ਗੰਡਾ ਬਣਵਾ ਕੇ ਹਨਾ ਟਰਾਲੇ ਵਾਲਿਆਂ ਨੂੰ ਬੈਲਰਾਂ ਨੂੰ ਚੁਕਾ ਦਿੰਦੇ ਆ ਸਾਰਾ ਕਬੂਕਾ ਕੂਤਾ ਕਰ ਲੈਂਦੇ ਆ ਜਦੋਂ ਤੁਹਾਡੇ ਬਾਹਣ ਤੋਂ ਲੈ ਕੇ ਜਾਂਦੇ ਹੁੰਦੇ ਆ ਨਾ ਉਹ ਨੋਟ ਕਰਿਓ ਹਨਾ ਤੁਸੀਂ ਇੱਕ ਵਾਰੀ ਜ਼ਰੂਰ ਗੱਲ ਇਹ ਵੀ ਕਿਤੇ ਲਾਈਟਾਂ ਲੱਗੀਆਂ ਹੋਈਆਂ ਤੇ ਹੱਥ ਜੋੜ ਕੇ ਸਾਨੂੰ ਬੇਨਤੀ ਹੈ ਹਨਾ ਯਾਰ ਜਾਨਾਂ ਵੀ ਬਹੁਤ ਲੋਕਾਂ ਦੀਆਂ ਟਰਾਲਿਆਂ ਦੇ ਵਿੱਚ ਵੱਜ ਗਈਆਂ ਤੇ ਜਿਹੜੇ ਬੰਦੇ ਆਣ ਯਾਰ ਏਡਾ ਏਡਾ 20 25 25 ਲੱਖ ਦੇ ਬੈਲਰ ਖਰੀਦ ਲਏ ਏਡਾ ਡੇਢ ਡੜ ਕਰੋੜ ਦੇ ਸੰਦਖੀ ਖਰੀਦ ਲਏ ਬਾੜਾ ਮੋਟਾ ਬਾਈ ਯਾਰ ਹਨਾ ਆ ਗੱਲ ਨੂੰ ਉਹਨਾਂ ਨੂੰ ਕਹਿ ਦਿਓ ਯਾਰ ਦੋ ਦੋ ਤਿੰਨ ਤਿੰਨ ਸੌ ਦੀਆਂ ਮਗਰ ਟਰਾਲੇ ਵਗਰ ਲੇਟਾਂ ਲਾਉਣ ਦਾ ਕੀ ਨੁਕਸਾਨ ਆ ਜੇ ਕਿਸੇ ਕੋਲੇ ਤਾਂ ਵੀ ਨਹੀਂ ਸਰਦਾ ਯਾਰ ਕਿਸੇ ਕੋਲ 2 400 ਵੀ ਨਹੀਂ ਹੈਗਾ ਲੇਟਾਂ ਲਵਾਉਣ ਵਾਸਤੇ ਕਮ ਸੇ ਕਮ ਦੋ ਦੋ ਤਿੰਨ ਤਿੰਨ ਬੰਦੇ ਹੀ ਹੁੰਦੇ ਆ ਹਨਾ ਉਹ ਟਰਾਲੇ ਦੇ ਉਹ ਜਿਹੜਾ ਮਗਰ ਇੱਕ ਜਣਾ ਟਰਾਲਾ ਤੇ ਰੋਕਿਆ ਰੋਡ ਦੇ ਉੱਤੇ ਇੱਕ ਜਣਾ ਮਗਰ ਫਲੈਸ਼ ਲਾਈਟ ਲੈ ਕੇ ਖੜਜੋ ਯਾਰ ਤਾਂ ਜੋ ਕਿਸੇ ਬੰਦੇ ਨੂੰ ਮਗਰ ਆਉਂਦੇ ਨੂੰ ਪਤਾ ਲੱਗ ਸਕੇ ਇਹ ਸਾਲ ਪਹਿਲਾਂ ਤਾਂ ਐਕਸੀਡੈਂਟ ਹੋਇਆ ਹੋਵੇ ਹਜੇ ਤੱਕ ਨਹੀਂ ਵੀ ਲੋਕਾਂ ਨੂੰ ਇਕੱਲਾਈ ਵੀ ਹਜੇ ਵੀ ਓਵੇਂ ਹੀ ਚੱਲੀ ਜਾਂਦਾ ਕੰਮ ਬਾਈ ਤੇ ਆ ਤੁਹਾਨੂੰ ਅੱਜ ਦੀ ਵੀ ਲਾ ਕੇ ਦਿ ਮੁਗਗੇ ਰੋਡ ਤੇ ਤੇ ਪਰਸੋਂ ਮੈਂ ਇੱਕ ਟਰਾਲਾ ਫੇਰ ਵੇਖਿਆ ਸੀ ਰੋਡ ਦੇ ਉੱਤੇ ਲਾਇਆ ਹੋਇਆ ਸੀ ਬਾਈ ਦਾ ਜਮਾ ਰੋਡ ਦੇ ਵਿਚਾਲੇ ਬਾਗੇ ਪੁਰਾਣੇ ਮੁਗਗਾ ਰੋਡ ਤੇ ਭੋਨਾ ਚੌਂਕ ਚ ਲਾਇਆ ਹੋਇਆ ਸੀ ਟਰਾਲਾ ਉਹ ਤੇ ਜਦ ਮੈਂ ਬਾਈ ਨੂੰ ਗੱਡੀ ਰੋਕ ਕੇ ਸਾਈਡ ਤੇ ਕਿਹਾ ਬਾਈ ਵਿਚਾਲੇ ਲਾਈ ਬੈਠੇ ਆਂ ਕਹਿੰਦੇ ਵੰਜੀ ਸੈੱਟ ਕਰੀ ਜਾਂਦੇ ਆ ਮੈਂ ਕਿਹਾ ਪਤੰਦਰੋਂ ਤੁਸੀਂ ਤਿੰਨ ਜਾਣੇ ਆ ਜੇ ਵੰਜੀ ਸੈੱਟ ਕਰਦੇ ਹੋ ਹਨ ਇੱਕ ਜਣ ਤੋਂ ਮਗਰ ਲੈਟ ਲੈ ਕੇ ਖੜ੍ਹਜੋ ਵੀ ਕਾਉਂਸਲ ਕੰਮ ਨੂੰ ਪਤਾ ਲੱਗ ਜਾਵੇ ਕੋਈ ਚੀਜ਼ ਖੜੀ ਹੈ ਇੱਥੇ ਇਹਦੂ ਚੰਗੇ ਤਾਂ ਬਈ ਦੂਜੀ ਹੁੰਦੇ ਜਿਹੜੇ ਭੋਂਗਾ ਦੇ ਟਰਾਲੇ ਨਹੀਂ ਹੁੰਦੇ ਉਹਨਾਂ ਦੇ ਉੱਤੇ ਲੀ ਕੀ ਜੱਜਮੈਂਟ ਹੋ ਜਾਵੇ। ਤੋਂ ਸੋ ਇਹ ਬੇਨਤੀ ਆ ਹਨਾ ਯਾਰ ਜਰੂਰ ਇਹਤੇ ਗੌਰ ਕਰਿਓ ਬਾਈ ਬਣੇ ਯਾਰ ਹਨਾ ਜਿਹੜੇ ਜ਼ਿੰਮੇਦਾਰ ਹੁੰਦੇ ਹੁੰਦੇ ਆ ਉਹ ਵੀ ਯਾਰ ਜਿਹੜੇ ਤੁਹਾਡੇ ਵਾਹਨ ਚੋਂ ਟਰਾਲੇ ਲੈ ਕੇ ਜਾਂਦੇ ਹੁੰਦੇ ਆ ਹਨਾ ਪਰਾਲੀ ਲੱਦ ਕੇ ਤੁਸੀਂ ਵੀ ਇਹਨਾਂ ਨੂੰ ਜਰੂਰ ਕਹਿਆ ਕਰੋ ਵੀ ਇਹਨਾਂ ਤੇ ਲਾਈਟ ਬੱਤੀ ਲਾ ਲਓ ਯਾਰ ਕਿਉਂਕਿ ਰੋਡ ਤੇ ਚੱਲਣਾ ਹੁੰਦਾ ਇਹ। ਠੀਕ ਆ ਤੇ ਲੋਡ ਤੇ ਚੱਲਣਾ ਹੁੰਦਾ ਇੱਕ ਟਰਾਲੀ ਦੀ ਬਾਡੀ ਤੋਂ ਬਾਹਰ ਬਾਡੀ ਹੁੰਦੀ ਹੈ ਇਹਦੀ ਜਿਹੜੀ ਗਲਾਰਨ ਐਸ ਲੋ ਟੇਢੀ ਲਾਈ ਹੁੰਦੀ ਹੈ ਜਿਵੇਂ ਆ ਸੰਨ ਚ ਚੈਨਲ ਹੋ ਗਿਆ ਹਨਾ ਫਰਸ਼ ਹੋ ਗਿਆ ਫਰਸ਼ ਤੋਂ ਐ ਟੇਢੀਆਂ ਸਾਈਡ ਤੇ ਲਾਈਆਂ ਹੁੰਦੀਆਂ ਦੋ ਗਲਾਰਨ ਡੇਡੜ ਫ ਬਹੁਤ ਲੋਕਾਂ ਦੇ ਉਹਦੇ ਵਿੱਚ ਕੋਈ ਵੱਜ ਕੇ ਐਕਸੀਡੈਂਟ ਹੁੰਦਾ ਆ ਤੇ ਵੀਡੀਓ ਵਿੱਚ ਵੇਖ ਲਓ ਆਲਟੋ ਗੱਡੀ ਸੀ ਜੀ ਦੀ ਜਮ੍ਹਾਂ ਖਤਮ ਹੋਈ ਪਈ ਆ ਇਹ ਬੰਦਾ ਵੱਜ ਗਿਆ ਸੀ ਬਸ ਐਨਾ ਪ੍ਰਮਾਤਮਾ ਦਾ ਸ਼ੁਕਰ ਹੈ ਚੱਲ ਤੇ ਮਾੜਾ ਮੋਟਾ ਕਰੋ ਵਿਚਾਰੇ ਯਾਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਪ੍ਰਸ਼ਾਸਨ ਤੱਕ ਵੀ ਮਾੜੀ ਮੋਟੀ ਜੀਭ ਹਣਾ ਇਹ ਪਹੁੰਚ ਜਵੇ ਯਾਰ ਤੁਸੀਂ ਠੀਕ ਆ ਪਰ ਆਲਾ ਬਾਈ ਪ੍ਰਾਲੀ ਨੂੰ ਸਾਂਭਦੇ ਆ ਹਣਾ ਲੈ ਕੇ ਜਾਂਦੇ ਆ ਜੀਵੀਨਾਰ ਦੇ ਬਾਹਰੋਂ ਚੱਕਦੇ ਆ ਪਰ ਯਾਰ ਕੋਈ ਕਾਨੂੰਨ ਦਾ ਆ ਦੀ ਕੋਈ ਚੀਜ਼ ਤਾਂ ਹੈਗੀ ਆ ਨਾ ਵੀ ਲਾਈਟਾਂ ਲੁੱਟਦਾ ਅਕਸਰ ਲਾ ਲਵੋ ਤੇ ਉਹ ਬੰਦੇ ਦਾ ਜਿਹਦੇ ਚਾਲਟੋ ਵੱਜੀ ਸੀਗੀ ਨਾ ਉਹ ਬੰਦੇ ਨੇ ਜੋ ਟਰਾਲੇ ਵਾਲੇ ਨੂੰ ਤੇ ਕਹਿੰਦਾ ਬਈ ਰੋਡ ਹੁੰਦੀ ਕਾਦੇ ਐਸੇ ਆ। ਜੇ ਮਸ਼ੀਨਰੀ ਰੋਕਣ ਵਾਸਤੇ ਹੁੰਦੀ ਐ ਇਹ ਜਿਹੇ ਬਿੱਜੂਆਂ ਨੂੰ ਇਹ ਨਹੀਂ ਪਤਾ ਵੀ ਰੋਡ ਮਸ਼ੀਨਰੀ ਰੋਕਣ ਵਾਸਤੇ ਹੁੰਦੇ ਕਿ ਚਲਾਉਣਾ ਵਾਸਤੇ ਹੁੰਦੇ ਆ। ਵੀ ਐਮਰਜੈਂਸੀ ਆ ਤੁਸੀਂ ਰਿਫਲੈਕਟਰ ਲਾਓ ਆਪਦੇ। ਰੋਡ ਤੇ ਰੱਖੋ ਪਿੱਛੇ ਫਲੈਸ਼ ਲਾਈਟ ਲੈ ਕੇ ਖੜੋ ਅਗਲੇ ਨੂੰ ਪਤਾ ਲੱਗੇ। ਤੇ ਕਿਉਂਕਿ ਯਾਰ ਮੈਂ ਪਾਉਣ ਹੀ ਨਹੀਂ ਸੀ ਵੀਡੀਓ ਬਈ ਤਾਂ ਪਾਉਣ ਲੱਗਿਆ ਯਾਰ ਉਦੋਂ ਬਾਅਦ ਵੀ ਤਿੰਨ ਚਾਰ ਵੇਰੀ ਕੰਮ ਦੇਖ ਲਿਆ ਬਈ ਆ ਹੋਇਆ ਯਾਰ। ਤੇ ਅਕਲ ਹਜੇ ਵੀ ਨਹੀਂ ਲੋਕਾਂ ਨੂੰ ਆਈ ਹਜੇ ਵੀ ਨਹੀਂ ਹਟਿਆ ਯਾਰ। ਤੁਹਾਨੂੰ ਗੱਲ ਬਾਤ ਸੁਣ ਕੇ ਲੱਗਦਾ ਨਾ ਵੇਖ ਕੇ ਵੀ ਮੁੱਦਾ ਨਹੀਂ ਕੋ ਜਿਹਨੇ ਵੇਖਿਆ ਆ ਆਪਦੀ ਅੱਖੀ ਹਣਾ ਉਹ ਬੰਦੇ ਨੂੰ ਪਤਾ ਵੀ ਕੀ ਚੱਕ ਰਿਹਾ ਕੀ ਮੁੱਦਾ ਹੈ ਕਹੇ ਜਾ ਹੈਗਾ ਕਹੇ ਜਾ ਨਹੀਂ ਹੈਗਾ ਵੀ ਕਿੱਡੀ ਵੱਡਾ ਨੁਕਸਾਨ ਹੋ ਜਾਂਦਾ ਠੀਕ ਹੈ ਨਾ ਕੋਈ ਪਰਿਵਾਰਕ ਚ ਬੰਦਾ ਕੋਈ ਹੈ ਨਾ ਕੋਈ ਮੈਂਬਰ ਪਰਿਵਾਰ ਦਾ ਕਿਸੇ ਦਾ ਰੋਡ ਦੇ ਉੱਤੇ ਚੜਦਾ ਆ ਆਪਦੀ ਗਲਤੀ ਕਰਕੇ ਤਾਂ ਹੋਣਾ ਹੋ ਗਿਆ ਚਲੋ ਜੋ ਹੋ ਗਿਆ ਦੂਜੇ ਦੀ ਗਲਤੀ ਕਰਕੇ ਕਿਸੇ ਕਰਕੇ ਵੀ ਐਕਸੀਡੈਂਟ ਹੋ ਜੇ ਯਾਰ ਹੈ ਨਾ ਸੋ ਇਹੀ ਵੀਡੀਓ ਯਾਰ ਇਹਦੇ ਉਹ ਆਪ ਤੇ ਆਪ ਪਾਈ ਆ ਸ਼ੇਅਰ ਜ਼ਰੂਰ ਵੱਧ ਤੋਂ ਵੱਧ ਕਰ ਦਿਓ ਆ ਤੂੰ ਰੋਡ ਦੇ ਵਿੱਚ ਤੂੰ ਦਿਖਾਇਆ ਵੀ ਜਿਹੜਾ ਸਾਣਾ ਟਰਾਲਾ ਜਿਵੇਂ ਖੜਾ ਸੀ ਤੇ ਹਜੇ ਵੀ ਸੋ ਇਹੀ ਬੇਨਤੀ ਆ ਹਨਾ ਵੀ ਜ਼ਿੰਮੇਦਾਰਾਂ ਨੂੰ ਵੀ ਤੇ ਜਿਹੜੇ ਵੀਰਾਂ ਨੇ ਇਹ ਠੇਕੇ ਲਏ ਹੁੰਦੇ ਹਨਾ ਪਰਾਲੀ ਚੱਕਣ ਦੇ ਉੱਕਾ ਪੁੱਕੀ ਗੱਲ ਕਰਦੇ ਯਾਰ ਕਰਾ ਲੂ ਮਾੜਾ ਮੋਟਾ ਹਨਾ ਯਾਰ ਵੀ ਦੋ ਚਾਰ ਸਣਾ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਜਦੋਂ ਤੂੰ ਇਹ ਇੰਨੇ ਇੰਨੇ ਸੰਦਾਂ ਤੇ ਬੇਲਾਂਾਂ ਤੇ ਟਰੈਕਟਰ ਦੇ ਰੇਕਾਂ ਤੇ ਤੂੰ 10 10 15 15 ਲੱਖ ਕੋਈ ਕਰੋੜ ਕਰੋੜ ਲਈ ਬੈਠੇ ਯਾਰ ਕੋਈ ਹਨਾ ਤੇ ਦੋ ਦੋ ਸੌ ਦੀਆਂ ਮਗਰ ਟਰਾਲੇ ਮਗਰ ਲੇਟਾ ਲਵਾ ਦੋਂਗੇ ਯਾਰ ਕੀ ਘਾਜੂਗਾ ਉਹਦੇ ਨਾਲ ਠੀਕ ਆ ਜੀ ਬਾਜ਼ਾਰ ਕਰਿਓ ਬਈ ਗੌਰ ਕਰਿਓ ਇਹ ਚੀਜ਼ ਦੇ ਉੱਤੇ ਠੀਕ ਆ ਜਿਹੜਾ ਜ਼ਿੰਮੇਦਾਰਾਂ ਦੇ ਕੋਲੋਂ ਚੱਕਣਾਉਂਦੇ ਆ ਬਈ ਬਣੇ ਉਹ ਵੀ ਬੇਨਤੀ ਕਰਿਆ ਕਰੋ ਵੀ ਇਹ ਤੇ ਲੈਡ ਵੱਤੀ ਲਾਓ ਯਾਰ ਟਰਾਲੇ ਤੇ ਬਰਾਲੀ ਵਾਲੇ ਤੇ ਠੀਕ ਆ ਸੋ ਧੰਨਵਾਦ ਜੀ ਨਾਲ ਜੋੜਨ ਵਾਸਤੇ ਵੀਡੀਓ